ਗੁਰੂ ਨਾਨਕ ਦੇਵ ਜੀ ਨੇ ਕਿਹਾ, ਨਾਨਕ ਦੁਖੀਆ ਸਭ ਸੰਸਾਰ, ਭਾਵ ਕਿ ਦੁੱਖ ਸੰਸਾਰ ਵਿੱਚ ਪਰੇ ਤੋਂ ਪਰੇ ਪਏ ਹਨ, ਪਰ ਸਮਾਜ ਦਾ ਉਹ ਅੰਗ ਜੋ ਸਮਾਜ ਦੀ ਸਿਰਜਣਾ ਕਰਦਾ ਹੈ, ਅੱਜ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਜਿਨ੍ਹਾਂ ਲੱਖਾਂ ਮੁਸੀਬਤਾਂ ਝੱਲ ਕੇ ਆਪਣੇ ਬੱਚਿਆਂ ਨੂੰ ਪਾਲਿਆ, ਪੜ੍ਹਾਇਆ ਅਤੇ ਜ਼ਿੰਦਗੀ ਜਿਉਣ ਦੇ ਕਾਬਲ ਬਣਾਇਆ, ਅਤੇ ਜਦੋਂ ਬੱਚਿਆਂ ਦਾ ਸਮਾਂ ਆਇਆ ਆਪਣਾ ਫਰਜ਼ ਨਿਭਾਉਣ ਦਾ, ਤਾਂ ਬੁਢਾਪੇ ਵਿੱਚ ਆਪਣੇ ਮਾਂ ਬਾਪ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਸੁੰਨੇ ਰਾਹਾਂ 'ਤੇ ਛੱਡ ਆਏ ਲਾਵਾਰਿਸ। ਸਾਡੇ ਸਮਾਜਿਕ ਪਰਿਵਾਰ ਦੇ ਸਤਿਕਾਰਯੋਗ ਮੈਂਬਰ ਜੋ ਮਾਨਸਿਕ ਰੋਗਾਂ ਤੋਂ ਪੀੜਤ ਜਾਂ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਜਿਹੜੇ ਆਪਣੇ ਆਪ ਦੀ ਸੰਭਾਲ ਤੋਂ ਮਥਾਜ਼ ਹੋ ਚੁੱਕੇ ਨਾਗਰਿਕ, ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲ ਰਿਹਾ, ਉਹਨਾਂ ਦੇ ਸੁਧਾਰ ਦੇ ਲਈ, ਉਹਨਾਂ ਦੇ ਇਲਾਜ ਦੇ ਲਈ, ਉਹਨਾਂ ਦੇ ਪੁਨਰਵਾਸ ਦੇ ਲਈ ਪ੍ਰਭਾਸਰਾ ਸੰਸਥਾ, ਜੋ ਸਾਈਕੈਟ੍ਰਿਸਟ ਹੈ, ਨਰਸਿੰਗ ਸਟਾਫ ਹੈ, ਸਮੁੱਚੀ ਪ੍ਰਭਾਸਰਾ ਪਰਿਵਾਰ ਦੀ ਟੀਮ ਦੇ ਵੱਲੋਂ ਉਹਨਾਂ ਦੇ ਸਹਿਯੋਗ ਸਦਕਾ 1100 ਤੋਂ ਉੱਪਰ ਨਾਗਰਿਕ ਇੰਪਰੂਵ ਹੋ ਕੇ ਜੋ ਚਿਰਾਂ ਤੋਂ ਵਿਛੜੇ ਸੀ ਆਪਣੇ ਪਰਿਵਾਰਾਂ ਦੇ ਨਾਲ ਜਾ ਮਿਲੇ। ਦਿਨ ਪ੍ਰਤੀ ਦਿਨ ਗਿਣਤੀ ਇੱਥੇ ਇਹਨਾਂ ਦੀ ਬਹੁਤ ਵੱਧ ਰਹੀ ਹੈ। ਦਾਸ ਸਰਕਾਰ ਨੂੰ ਅਤੇ ਵਾਰ ਵਾਰ ਧਾਰਮਿਕ ਸੰਸਥਾਵਾਂ ਨੂੰ ਅੱਗੇ ਆਉਣ ਲਈ ਬੇਨਤੀ ਕਰਦਾ ਅਤੇ ਦਾਸ ਇਹਨਾਂ ਦਿਨਾਂ ਦੇ ਵਿੱਚ 22 ਨਵੰਬਰ ਤੋਂ ਲੈ ਕੇ 24 ਦਸੰਬਰ ਤੱਕ ਆਸਟ੍ਰੇਲੀਆ ਦੇ ਟੂਰ 'ਤੇ ਹੈ। ਕੋਈ ਵੀ ਸਤਿਕਾਰਯੋਗ ਸੱਜਣ ਜਿਹੜਾ ਕਿ ਮਿਲਣਾ ਚਾਹੁੰਦਾ ਹੈ, ਹੇਠ ਲਿਖੇ ਨੰਬਰ 'ਤੇ ਸੰਪਰਕ ਕਰ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।